ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਗਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮ ਹਾਲ ਦੁਨੀਆ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਯੂਰਪ ਦੇ ਕਿਸਾਨਾਂ ਦੇ ਹਾਲਾਤਾਂ ਦੀ ਗੱਲ ਕਰਦੇ ਆ ਨਵੇਂ ਪ੍ਰਧਾਨ ਮੰਤਰੀ ਨੂੰ ਚੁਣੌਤੀ ਦੇਣ ਦੇ ਲਈ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਵਿੱਚ ਕਈ ਜਿਹੜੇ ਨੇ ਮੋਟਰਵੇ ਜਾਮ ਕਰ ਦਿੱਤੇ ਨੇ ਪੂਰੇ ਯੂਰਪ ਦੇ ਵਿੱਚ ਹਜ਼ਾਰਾਂ ਕਿਸਾਨ ਆਪਣੇ ਖੇਤੀ ਦੇ ਸੰਧ ਖੇਤਾਂ ਦੇ ਵਿੱਚ ਛੱਡ ਕੇ ਤੇ ਆਪਣੇ ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਆ ਗਏ ਨੇ ਉਹ ਪਹਿਲਾਂ ਹੀ ਮਹਿੰਗੇ ਹੋਏ ਰਹਿਣ ਸਹਿਣ ਦੇ ਨਾਲ ਜੋਜ ਰਹੇ ਸਨ ਤੇ ਹੁਣ ਉਹ ਜਿਹੜੇ ਨੇ ਯੂਰਪੀਅਨ ਯੂਨੀਅਨ ਦੀਆਂ ਹੰਡ ਅਨਸਾਰਤਾ ਨੀਤੀਆਂ ਤੋਂ ਪਰੇਸ਼ਾਨ ਹੋ ਗਏ ਨੇ ਕਿਸਾਨ ਇਸ ਤੋਂ ਦੁਖੀ ਨਹੀਂ ਕਿ ਆਪਣਾ ਗੁੱਸਾ ਯੂਰਪ ਦੀਆਂ ਸੜਕਾਂ ਜਾਮ ਕਰਕੇ ਦਿਖਾ ਰਹੇ ਨੇ ਫਰਾਂਸ ਦੇ ਵਿੱਚ ਖਾਸ ਕਰ ਕਿਸਾਨਾਂ ਨੇ ਮੋਟਰਵੇ ਦੇ ਵੱਡੇ ਹਿੱਸੇ ਨੂੰ ਬੰਦ ਕਰਕੇ ਨਵੇਂ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਲਈ ਇੱਕ ਸੰਕਟ ਖੜਾ ਕਰ ਦਿੱਤਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦਾ ਗੁੱਸਾ ਸ਼ਾਂਤ ਕਰਨ ਦੇ ਲਈ ਦੱਖਣੀ ਪੱਛਮ ਦੇ ਵਿੱਚ ਇੱਕ ਫਾਰਮ ਦਾ ਦੌਰਾ ਵੀ ਕੀਤਾ ਤੇ ਕਿਸਾਨਾਂ ਨੂੰ ਸਰਕਾਰ ਦੇ ਕਦਮਾਂ ਤੋਂ ਜਾਣੂ ਕਰਵਾਇਆ ਉਹਨਾਂ ਦੀਆਂ ਕੁਝ ਚਿੰਤਾਵਾਂ ਇਹ ਵੀ ਨੇ ਕਿ ਜਿਵੇਂ ਕਿ ਵੱਧਦੀ ਨੌਕਰ ਸ਼ਾਹੀ ਦਾ ਇੱਕ ਰਾਸ਼ਟਰਵਾਦੀ ਚਰਿੱਤਰ ਹੋਣਾ ਹਨ ਹਾਲਾਂਕਿ ਕੁਝ ਹੋਰ ਲੋਕ ਹੋਰ ਵੀ ਵਟੇਰੇ ਮਾਮਲਿਆਂ ਵੱਲ ਸੰਕੇਤ ਕਰਦੇ ਨੇ ਇਸੇ ਤਰ੍ਹਾਂ ਹੀ ਜਿਹੜਾ ਜਰਮਨ ਦੇ ਵਿੱਚ ਵੀ ਪਿਛਲੇ ਮਹੀਨੇ ਦੇ ਵਿੱਚ ਕਹਿ ਸਕਦੇ ਹਾਂ ਕਿ ਉੱਥੇ ਵੀ ਹਾਲਾਤ ਕੁਝ ਐਸੇ ਨਜ਼ਰ ਆਏ ਸਨ ਤੇ ਅੱਗੇ ਗੱਲ ਕਰੀਏ ਇਸ ਦੇ ਵਿੱਚੋਂ ਫਰਾਂਸ ਦੀ ਤੇ ਯੂਰਪ ਦੇ ਵਿੱਚ ਫੈਲ ਰਿਹਾ ਕਿਸਾਨੀ ਰੋ ਇਨ੍ਹਾਂ ਮੁੱਦਿਆਂ ਦੇ ਵਿੱਚ ਕਿਸਾਨੀ ਦੇ ਲਈ ਵਰਤੇ ਜਾਂਦੇ ਡੀਜੀ ਜਿਹੜੇ ਨੇ ਡੀਜ਼ਲ ਯਾਨੀ ਕਿ ਇੰਦਨ ਵਗੈਰਾ ਜੋ ਵੀ ਵਰਤਿਆ ਜਾਂਦਾ ਹੈ ਡੀਜ਼ਲ ਦੀ ਵੱਧਦੀ ਲਾਗਤ ਯੂਰਪੀਅਨ ਯੂਨੀਅਨ ਸਬਸਿਡੀ ਦਾ ਦੇਰੀ ਦੇ ਨਾਲ ਭੁਗਤਾਨ ਹੋਣਾ ਜਦ ਵਿਦੇਸ਼ਾਂ ਤੋਂ ਆ ਰਹੀਆਂ ਜਿੰਸਾਂ ਜਾਨਕੀ ਫਸਲਾਂ ਦੇ ਨਾਲ ਮੁਕਾਬਲਾ ਆਦੀ ਸ਼ਾਮਲ ਨੇ ਕੰਪੀਟੀਸ਼ਨ ਕਿਸਾਨਾਂ ਦਾ ਕਹਿਣਾ ਹੈ ਕਿ ਕਿਉਂਕਿ ਇਹਦੇ ਵਿੱਚ ਕਹਿ ਸਕਦੇ ਆ ਕਿ ਜਿਹੜਾ ਬਾਹਰੋਂ ਫਸਲ ਲਗਾਉਂਦੇ ਨੇ ਉਹ ਸਸਤੀ ਪੈਂਦੀ ਹੈ ਤੇ ਜਿਹੜੀ ਇੱਥੇ ਅਗਾਉਂਦੇ ਨੇ ਆਪਣੇ ਮੁਲਕਾਂ ਦੇ ਵਿੱਚ ਉਹ ਮਹਿੰਗੀ ਪੈਂਦੀ ਹੈ ਤੇ ਇਸ ਕਰਕੇ ਜਿਹੜਾ ਹੈ ਜਿਹੜੇ ਹਾਲਾਤ ਇੱਥੇ ਵੀ ਜਿਹੜੇ ਇਸ ਤਰ੍ਹਾਂ ਦੇ ਬੱਤਰ ਬਣ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜ਼ਿੰਦਗੀ ਮੌਤ ਦੀ ਲੜਾਈ ਹੈ ਤੇ ਹੁਣ ਉਹ ਰੋਕਣਗੇ ਨਹੀਂ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਇੱਕ ਨੌਜਵਾਨ ਕਿਸਾਨ ਅਲੇਗਜ਼ੈਂਡਰਾ ਸੋਨਾਕ ਤੇ ਉਹਨਾਂ ਦੀ 12 ਸਾਲਾਂ ਦੀ ਧੀ ਦੀ ਮੌਤ ਹੋ ਗਈ ਸੀ। ਟੋਲੂਜ਼ ਦੇ ਦੱਖਣ ਵੱਲ ਵਾਪਰੀ ਇਸ ਘਟਨਾ ਦੇ ਦੌਰਾਨ ਇੱਕ ਕਾਰ ਕਿਸਾਨਾਂ ਵੱਲੋਂ ਸੜਕ ਰੋਕਣ ਦੇ ਲਈ ਲਾਏ ਰੋਡ ਬਲਾਕ ਦੇ ਨਾਲ ਆਵਾਜ਼ ਜੀ ਤੇ ਦੋਵਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਸਿਰਫ ਇੱਕ ਦਿਨ ਪਹਿਲਾਂ ਸੋਨਾਕ ਨੇ ਫ੍ਰੈਂਚ ਰੇਡੀਓ ਨੂੰ ਦੱਸਿਆ ਸੀ। ਕਿ ਉਹ ਆਪਣੇ ਪੇਸ਼ੇ ਦੀ ਰੱਖਿਆ ਤੇ ਆਪਣੀਆਂ ਧੀਆਂ ਦੀ ਦੇਖਭਾਲ ਕਰਨ ਦੇ ਲਈ ਮੁਜਾਰਿਆਂ ਦੇ ਵਿੱਚ ਸ਼ਾਮਲ ਹੋਣਾ ਜਾ ਰਹੇ ਸਨ ਕਿ ਜੇ ਇਹਨਾਂ ਮੁਲਕਾਂ ਦੇ ਵਿੱਚ ਇਹ ਹਾਲਾਤ ਨੇ ਤੇ ਕੀ ਹੁਣ ਇਹਨਾਂ ਨੂੰ ਵੀ ਅਸੀਂ ਕਾਮਰੇਡ ਕਹਾਂਗੇ ਜਾਂ ਜੋ ਹੱਕਾਂ ਦੀ ਗੱਲ ਕਰਦੇ ਨੇ ਜਾਂ ਫਿਰ ਜੋ ਆਪਣੀ ਕਿਰਤ ਕਮਾਈ ਦੀ ਜਿਹੜਾ ਆਪਣਾ ਹੱਕ ਮੰਗਦੇ ਨੇ ਕਿ ਉਹਨਾਂ ਨੂੰ ਵੀ ਕਾਮਰੇਡਾਂ ਦੇ ਨਾਲ ਹੁਣ ਜੋੜ ਦੇਗੇ ਪਰ ਸਾਡੇ ਲੋਕ ਇਹ ਜਦੋਂ ਕੋਈ ਵੀ ਚੀਜ਼ ਦਾ ਕੁਝ ਮੌਕਾ ਹੁੰਦਾ ਹੈ ਪਰ ਇਹਨਾਂ ਮੁਲਕਾਂ ਦੇ ਵਿੱਚ ਵੀ ਹਾਲਾਤ ਜਿਹੜੇ ਕੀਰਤੀ ਲੋਕ ਨੇ ਉਹਨਾਂ ਦੇ ਹਾਲਾਤ ਇਹ ਬਣੇ ਨੇ ਜਿਹੜੇ ਫਸਲਾਂ ਗੋਦੇ ਨੇ ਦੇਸ਼ਾਂ ਦੇ ਲੋਕਾਂ ਦਾ ਜਿਹੜਾ ਨੇ ਅੰਨ ਦੇ ਨਾਲ ਢਿੱਡ ਭਰਦੇ ਨੇ ਪਾਂਤ-ਪਾਂਦੀਆਂ ਫਸਲਾਂ ਉਗਾ ਕੇ ਠੰਡਾਂ ਦੇ ਵਿੱਚ ਹੋਰ ਸਾਰੀਆਂ ਚੀਜ਼ਾਂ ਲੱਖਾਂ ਰੁਪਈਆ ਦੇ ਟਰੈਕਟਰ ਜਿਹੜੇ ਨੇ ਮਸ਼ੀਨਰੀ ਹੈ ਕਿੰਨੀ ਐਕਸਪੈਂਸਿਵ ਆ ਉਹ ਕਿੰਨੀ ਮਹਿੰਗੀ ਆ ਰਹੀ ਹੈ ਹੋਰ ਸਾਰੀਆਂ ਚੀਜ਼ਾਂ ਉਹਨਾਂ ਦੇ ਉੱਤੇ ਸਬਸਿਡੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਕਿੰਨੀਆਂ ਮਹਿੰਗੀਆਂ ਨੇ ਹੋਰ ਸਾਰੀਆਂ ਚੀਜ਼ਾਂ ਨੇ ਇੱਥੇ ਵੱਧ ਤੋਂ ਵੱਧ ਜਿਹੜੀ ਹੈ ਮਸ਼ੀਨਰੀ ਵਰਤੀ ਜਾਂਦੀ ਹੈ ਉਹ ਸਾਰਾ ਸਿਲਸਿਲਾ ਚੱਲਦਾ ਹੈ ਤੇ ਇਸ ਤੋਂ ਇਲਾਵਾ ਰੋਸ ਅਤੇ ਵਿਖਾਵੇ ਦੀ ਇਹ ਲਹਿਰ ਜਿਹੜੀ ਹੈ ਜਰਮਨੀ ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਵੀ ਫੈਲ ਚੁੱਕੀ ਹੈ ਹਾਲਾਂਕਿ ਉਹਨਾਂ ਦਾ ਮੁੱਖ ਮੁੱਦਾ ਕੌਮੀ ਪੱਧਰ ਦਾ ਹੈ ਕਿਸਾਨ ਜਿਹੜੇ ਨੇ ਖੇਤੀਬਾੜੀ ਡੀਜ਼ਲ ਦੇ ਉੱਤੇ ਟੈਕਸ ਛੋਟਾਂ ਨੂੰ ਪੜਾਵਾਂ ਢੰਗ ਦੇ ਨਾਲ ਖਤਮ ਕੀਤੇ ਜਾਣ ਤੋਂ ਨਾਰਾਜ਼ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਦਮ ਉਹਨਾਂ ਨੂੰ ਦਿਵਾਲੀਏਪਨ ਵੱਲ ਧੱਕ ਦੇਣਗੇ ਯੂਰੋਪੀ ਯੂਨੀਅਨ ਦੀਆਂ ਨੀਤੀਆਂ ਕੀ ਨੇ ਉਹਦੇ ਬਲ ਵੀ ਜ਼ਿਕਰ ਕਰਦੇ ਆ ਜਿਵੇਂ ਕਿ ਹੁਣ ਆਪਣੇ ਮੁਲਕਾਂ ਦੀ ਗੱਲ ਆ ਤੇ ਇਹਨਾਂ ਮੁਲਕਾਂ ਦੇ ਵਿੱਚ ਐਡਵਾਂਸ ਮੁਲਕ ਨੇ ਤੇ ਉਹਨਾਂ ਦੇ ਹਾਲਾਤ ਇਹ ਬਣਾਏ ਜਾ ਰਹੇ ਨੇ ਜਿਵੇਂ ਤਾਈ ਮੈਂ ਜ਼ਿਕਰ ਕਰਦਾ ਹੁੰਨਾ ਹੈ ਕਿ ਚਾਹੇ ਉਹ ਕਹ ਲੋ ਕਿ ਕਾਲਸ ਮਾਰਕਸ ਹੈ ਉਹ ਵੀ ਸਿੱਕੇ ਦਾ ਦੂਜਾ ਹੀ ਪਹਿਲੂ ਹੈ ਤੇ ਉਹ ਵੀ ਜਿਹੜਾ ਹੈ ਇਹ ਚੀਜ਼ਾਂ ਦੇ ਵਿੱਚ ਕਿਤਾਬਾਂ ਪੜੀਆਂ ਦੇ ਵਿੱਚ ਕਿਸਾਨੀ ਯੂਰਪੀਅਨ ਕਿਸਾਨੀ ਦਾ ਜ਼ਿਕਰ ਕਰਦਾ ਹੈ ਜੋ ਚੀਜ਼ਾਂ ਇਹਨਾਂ ਮੁਲਕਾਂ 'ਚ 20-25 ਸਾਲ ਪਹਿਲਾਂ ਵਾਪਰ ਚੁੱਕੀਆਂ ਨੇ ਹੋ ਗਈਆਂ ਨੇ ਅੱਜ ਨੌਕਤਾ ਨੇ ਜਿਹੜੀਆਂ ਸਬਸਿਟੀਆਂ ਮੈਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਜਾਂ ਬਾਰ-ਬਾਰ ਇਹ ਗੱਲ ਕਰਦੇ ਆਏ ਆ ਕਿ ਜਿਹੜੀ ਹੈ ਇੰਟਰਨੈਸ਼ਨਲ ਜਿਹੜੀ ਸੰਸਥਾਵਾਂ ਨੇ ਜਾਂ ਜਿਹੜੀਆਂ ਵੱਡੀਆਂ ਸਭ ਕੁਝ ਇਹਨਾਂ ਦੇ ਅੰਡਰ ਆਉਂਦਾ ਅਨਾਜ ਜਿਹੜਾ ਅੰਡਰ ਆਉਂਦਾ ਅਮਰੀਕਾ ਦੀਆਂ ਏਜੰਸੀਆਂ ਉਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਹੋਇਆ ਹੈ ਸਾਰੇ ਮੁਲਕਾਂ ਦੇ ਵਿੱਚ ਦੁਨੀਆ ਦੇ ਕਈ ਜਿੰਨੇ ਵੀ ਮੁਲਕ ਨੇ ਉਹਨਾਂ ਦੀਆਂ ਜਿਹੜੀਆਂ ਨੇ ਸਬਸਿਡੀਆਂ ਦੇ ਉੱਤੇ ਲਕੀਰ ਫੇਰੀ ਜਾਵੇ ਕੋਈ ਸਬਸਿਡੀ ਨਹੀਂ ਕੋਈ ਕੁਝ ਨਹੀਂ ਤਾਂ ਹੀ ਕਰਕੇ ਜ਼ਿਕਰ ਕਰਦੇ ਆ ਕਿ ਪੰਜਾਬ ਵਾਲੇ ਪਤਾ ਨਹੀਂ ਕਿਵੇਂ ਸਬਸਿਡੀ ਤੇ ਸਬਸਿਡੀ ਦੇਈ ਜਾ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਇਹ ਵੀ ਹੋ ਸਕਦਾ ਜਿਵੇਂ ਪਿਛਲੀ ਕੱਲ ਪਰਸੋਂ ਆਪਾਂ ਖ਼ਬਰ ਕੀਤੀ ਸੀ ਕਿ ਮੋਦੀ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਉੱਤੇ ਵੀ ਲਕੀਰ ਮਾਰਨਗੇ ਤੇ ਸਾਰਾ ਸਿਲਸਿਲਾ ਚੱਲੇਗਾ ਹੌਲੀ-ਹੌਲੀ ਇਹ ਜਿਹੜੀਆਂ ਚੀਜ਼ਾਂ ਵਧਣਗੀਆਂ ਜੇ ਇਹ ਮੁਲਕਾਂ ਦੇ ਹਾਲਾਤ ਨੇ ਤਾਂ ਇੰਡੀਆ ਦੇ ਕਿਸਾਨਾਂ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਗੇ ਅੱਜ ਤੋਂ 10-15 ਸਾਲ ਬਾਅਦ ਦੇਖਣ ਵਾਲੇ ਹੋਣਗੇ ਅੱਗੇ ਗੱਲ ਕਰਦੇ ਆ ਇਸ ਦੇ ਵਿੱਚ ਯੂਰੋਪੀਅਨ ਯੂਨੀਅਨ ਦੀਆਂ ਨੀਤੀਆਂ ਕੀ ਨੇ ਜਦਕਿ ਪੂਰੇ ਯੂਰਪ ਦੇ ਵਿੱਚ ਅਕਸਰ ਯੂਰੋਪੀ ਯੂਨੀਅਨ ਦੀਆਂ ਨੀਤੀਆਂ ਹੀ ਜਿਹੜੀਆਂ ਨੇ ਅਸੰਤੁਸ਼ਟੀ ਨੂੰ ਹਵਾ ਦਿੰਦੀਆਂ ਨੇ ਯੂਰੋਪੀ ਯੂਨੀਅਨ ਵੱਲੋਂ ਆਪਣੀ ਖੇਤੀ ਨੀਤੀ ਨੂੰ ਸੁਧਾਰਨ ਤੇ ਹੰਡ ਅਨਸਾਰ ਬਣਾਉਣ ਦੇ ਲਈ ਲਿਆਂਦੇ 65 ਲਿਆਂਦੇ گئے ਜਿਹੜੇ 55 ਬਿਲੀਅਨ ਯੂਰੋ ਯਾਨੀ ਕਿ ਸੰਤਾ ਵਾਲੀ 47 ਬਿਲੀਅਨ ਪੌਂਡ ਦੇ ਉਪਰਾਲੇ ਨੂੰ ਖੇਤੀਬਾੜੀ ਖੇਤਰ ਨੇ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਹੈ ਪੈਕੇਜ ਦਾ 70% ਤੋਂ ਵੱਧ ਪੈਸਾ ਜਿਹੜਾ ਹੈ ਸੁਰੱਖਿਆ ਵਜੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਉੱਤੇ ਖਰਚ ਕੀਤਾ ਜਾਂਦਾ ਹੈ ਸੁਧਾਰ ਦੇ ਵਿੱਚ ਘੱਟੋ ਘੱਟ 4% ਜਿਹੜੀ ਹੈ ਖੇਤੀਯੋਗ ਜ਼ਮੀਨ ਨੂੰ ਖਾਲੀ ਰੱਖਣ ਦੀ ਜ਼ਿੰਮੇਵਾਰੀ ਸ਼ਾਮਲ ਹੈ ਨਾਲੀ ਬਦਲ ਬਦਲ ਕੇ ਫਸਲਾਂ ਲੈਣ ਤੇ ਖਾਦ ਦੀ ਵਰਤੋਂ ਨੂੰ ਘੱਟੋ-ਘੱਟ 20% ਤੱਕ ਘਟਾਉਣ ਦੀ ਸ਼ਰਤ ਸ਼ਾਮਲ ਹੈ ਬਹੁਤ ਸਾਰੇ ਕਿਸਾਨ ਲੰਬੇ ਸਮੇਂ ਤੋਂ ਇਹ ਦਲੀਲ ਦਿੰਦੇ ਆ ਰਹੇ ਨੇ ਕਿ ਉਪਾਅ ਜਿਹੜਾ ਹੈ ਇਹ ਉਪਾਅ ਯੂਰਪੀ ਖੇਤੀਬਾੜੀ ਖੇਤਰ ਨੂੰ ਬਾਹਰੋਂ ਆ ਰਹੀਆਂ ਫਸਲਾਂ ਜਾਂ ਵਸਤਾਂ ਦੇ ਮੁਕਾਬਲੇ ਕਮਜ਼ੋਰ ਕਰ ਦੇਣਗੇ ਯੂਰਪੀ ਖੇਤੀਬਾੜੀ ਵੱਧ ਰਹੇ ਆਯਾਤ ਦਾ ਮੁਕਾਬਲਾ ਨਹੀਂ ਕਰ ਸਕੇਗੀ ਤੇ ਉਹ ਇਹ ਵੀ ਚਿੰਤਾਤ ਨੇ ਇਸ ਬਾਰੇ ਕਿ ਮਹਿੰਗਾਈ ਨੇ ਉਹਨਾਂ ਦੇ ਸਿੱਧੇ ਭੁਗਤਾਨਾਂ ਦੀ ਕੀਮਤ ਨੂੰ ਸਮਝੋਤਾ ਜਾਂ ਸਮਝੋ ਬਾਹਰੇ ਢੰਗ ਦੇ ਨਾਲ ਘਟਾ ਦਿੱਤਾ ਹੈ। ਬਰਸੇਲਜ ਆਧਾਰਿਤ ਜਿਹੜੇ ਨੇ ਥਿੰਕ ਟੈਂਕ ਫਾਰਮ ਯੂਰਪ ਦੇ ਲੁੱਕ ਵਰਨੇਟ ਨੇ ਬੀਬੀਸੀ ਨੂੰ ਦੱਸਿਆ ਕਿ ਕਿਸਾਨਾਂ ਨੂੰ ਘੱਟ ਸਾਥ ਦੇ ਨਾਲ-ਨਾਲ ਬਹੁਤ ਕੁਝ ਕਰਨਾ ਹੋਰ ਵੀ ਪੈ ਰਿਹਾ ਹੈ। ਉਹਨਾਂ ਦੇ ਸਮਝ ਦੇ ਵਿੱਚ ਇਹ ਨਹੀਂ ਆ ਰਿਹਾ ਕਿ ਉਹ ਇਸ ਦਾ ਸਾਹਮਣਾ ਕਿਵੇਂ ਕਰਨਗੇ ਕੁਝ ਦੇਸ਼ਾਂ ਦੇ ਲਈ ਰੋਸ ਮਜਾਰੇ ਕੋਈ ਨਵੀਂ ਗੱਲ ਨਹੀਂ ਨੇ ਰੋਸ ਮਜਾਰੇ ਸਭ ਤੋਂ ਪਹਿਲਾਂ ਨੀਦਰਲੈਂਡ ਦੇ ਵਿੱਚ ਸ਼ੁਰੂ ਹੋਏ ਜਦੋਂ ਸਾਲ 2119 ਦੇ ਵਿੱਚ ਸਰਕਾਰ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ ਘਟਾਉਣ ਦੇ ਲਈ ਪਸ਼ੂ ਪਾਲਣ ਨੂੰ ਘਟਾ ਕੇ ਅੱਧਾ ਕਰਨ ਦੀ ਤਜਵੀਜ਼ ਲੈ ਕੇ ਆਈ ਸੀ ਬਰਸੇਲ ਦੇ ਵਸਨੀਕਾਂ ਨੂੰ ਤਾਂ ਆਪਣੇ ਸ਼ਹਿਰ ਦੇ ਯੂਰਪੀ ਖੇਤਰ ਦੇ ਵਿੱਚ ਕਿਸਾਨਾਂ ਨੂੰ ਦੇਖਣ ਦੀ ਆਦਤ ਹੋ ਗਈ ਹੈ ਕਿਸਾਨ ਹੁੰਦੇ ਨੇ ਇਮਾਰਤਾਂ ਉੱਪਰ ਦੁੱਧ ਦਾ ਛਿੜਕਾਅ ਕਰ ਦਿੰਦੇ ਨੇ ਜਾਂ ਯੂਰਪੀ ਯੂਨੀਅਨ ਦੇ ਖੇਤੀਬਾੜੀ ਨਿਯਮਾਂ ਦੇ ਵਿਰੋਧ ਦੇ ਵਿੱਚ ਸੜਕਾਂ ਪਸ਼ੂਆਂ ਦੇ ਨਾਲ ਭਰ ਦਿੰਦੇ ਨੇ ਇਸੇ ਤਰ੍ਹਾਂ ਹੀ ਯੂਕਰੇਨ ਦੇ ਲਈ ਘਟਦੀ ਹੈ ਹਮਦਰਦੀ ਹੁਣ ਜਿਹੜਾ ਹੈ ਯੂਕਰੇਨ ਦੇ ਵਿੱਚ ਜੁੱਧ ਦੇ ਅਸਰ ਦੇ ਵਜੋਂ ਯੂਰਪ ਦੇ ਲਗਭਗ ਹਰ ਕੋਨੇ ਦੇ ਵਿੱਚ ਰੋਜ਼ ਮੁਜਾਰੇ ਜਿਹੜੇ ਹੁੰਦੇ ਰਹਿੰਦੇ ਨੇ ਫਰਵਰੀ 2022 ਦੇ ਵਿੱਚ ਯੂਕਰੇਨ ਦੇ ਉੱਤੇ ਰੂਸ ਦੇ ਵਿਆਪਕ ਹਮਲੇ ਨੇ ਕਾਲੇ ਸਾਗਰ ਦੇ ਵਿੱਚ ਵਪਾਰਕ ਮਾਰਗਾਂ ਨੂੰ ਬੰਦ ਕਰ ਰੱਖਿਆ ਹੈ। ਯੂਰਪੀਅਨ ਯੂਨੀਅਨ ਨੇ ਅਸਥਾਈ ਤੌਰ ਦੇ ਉੱਤੇ ਯੂਕਰੇਨ ਤੋਂ ਆਯਾਤ ਤੇ ਪਾਬੰਦੀਆਂ ਹਟਾ ਦਿੱਤੀਆਂ। ਇਸ ਦੇ ਨਾਲ ਯੂਕਰੇਨ ਦੇ ਖੇਤੀ ਉਤਪਾਦਾਂ ਦੇ ਨਾਲ ਯੂਰਪੀ ਬਾਜ਼ਾਰ ਭਰ ਗਏ। ਪੱਲੜਾ ਕਦੇ ਵੀ ਸਾਵਾ ਹੋਣ ਵਾਲਾ ਨਹੀਂ ਸੀ। ਯੂਕਰੇਨ ਦੇ ਵਿੱਚ ਜੈਵਿਕ ਖੇਤੀ ਵਾਲਾ ਔਸਤ ਜੈਵਿਕ ਫਾਰਮ ਲਗਭਗ 1000 ਹੈਕਟੇਰ ਜਾਣ ਕੇ 2471 ਏਕੜ ਦਾ ਹੈ ਜਦ ਕਿ ਯੂਰਪ ਦੇ ਵਿੱਚ ਕੋਈ ਵੀ ਜੈਵਿਕ ਫਾਰਮ ਔਸਤਨ ਸਿਰਫ 41 ਹੈਕਟੇਰ ਦਾ ਹੀ ਹੁੰਦਾ ਹੈ ਹੰਗਰੀ ਪੋਲੈਂਡ ਤੇ ਰੋਮਾਨੀਆ ਵਰਗੇ ਗਵਾਂਢੀ ਦੇਸ਼ਾਂ ਦੇ ਵਿੱਚ ਕੀਮਤਾਂ ਅਚਾਨਕ ਮੂਹ ਦੇ ਮੂੰਹ ਥੱਲੇ ਆਣ ਗਈਆਂ ਆਣ ਪਈਆਂ ਨੇ ਸਥਾਨਕ ਕਿਸਾਨ ਆਪਣੀਆਂ ਫਸਲਾਂ ਨਾ ਵੇਚ ਸਕੇ ਨੇ ਸਾਲ 2023 ਦੀ ਬਸਤ ਤੱਕ ਜਾਨਕੀ ਬਸੰਤ ਤੱਕ ਉਹੀ ਟਰੈਕਟਰ ਜਿਹੜੇ ਸਨ ਪੋਲੈਂਡ ਦੀਆਂ ਸੜਕਾਂ ਰੋਕੀ ਖੜੇ ਸਨ ਜੋ 1 ਸਾਲ ਪਹਿਲਾਂ ਹੀ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਦੀ ਮਦਦ ਲਈ ਪਹੁੰਚੇ ਵਲੰਟਰੀਆਂ ਦੇ ਨਾਲ ਕਤਾਰਾਂ ਬੰਨੀ ਭਰੇ ਖੜੇ ਸਨ ਯੂਰਪੀਅਨ ਯੂਨੀਅਨ ਈਯੂ ਨੇ ਜਲਦੀ ਹੀ ਯੂਕਰੇਨ ਉੱਪਰ ਆਪਣੇ ਗੁਆਂਢੀਆਂ ਨੂੰ ਨਿਰਯਾਤ ਕਰਨ ਉੱਤੇ ਵਪਾਰਕ ਪਾਬੰਦੀਆਂ ਲਗਾਤੀਆਂ ਹਾਲਾਂਕਿ ਇਹ ਪਾਬੰਦੀਆਂ ਸਿਰਫ ਸੀਮਤ ਮਿਆਦ ਲਈ ਲਾਈਆਂ ਗਈਆਂ ਸਨ ਜਦੋਂ ਪਾਬੰਦੀਆਂ ਜਦੋਂ ਪਾਬੰਦੀਆਂ ਦੀ ਮਿਆਦ ਖਤਮ ਹੋਈ ਤਾਂ ਜਿਹੜਾ ਸੀ ਬੁਡਾਪੇਸਟ ਤੇ ਵਾਰਸਾ ਤੇ ਨਾਲ ਦੀ ਨਾਲ ਬਰਾਤੀ ਸਲਾਵਾ ਦੀਆਂ ਸਰਕਾਰਾਂ ਨੇ ਆਪਣੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਨਾਲ ਹੀ ਯੂਕਰੇਨ ਨੇ ਤੁਰੰਤ ਮੁਕੱਦਮਾ ਦਾਇਰ ਕਰਤਾ ਤੇ ਰਿਸ਼ਤਿਆਂ ਦੇ ਵਿੱਚ ਖਟਾਸ ਆ ਗਈ ਸਮੇਂ ਦੇ ਨਾਲ-ਨਾਲ ਸ਼ਕਤੀਸ਼ਾਲੀ ਰੂਸ ਦੇ ਹਮਲੇ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਦੇਸ਼ ਪ੍ਰਤੀ ਹਮਦਰਦੀ ਘੱਟ ਹੋਣ ਲੱਗ ਗਈ ਹੁਣ ਪੂਰਾ ਜਿਹੜਾ ਯੂਰਪੀ ਦੇਸ਼ ਮੰਗ ਰਹੇ ਨੇ ਕਰ ਰਹੇ ਨੇ ਕਿ ਯੂਰਪੀ ਯੂਨੀਅਨ ਯੂਕਰੇਨ ਦੇ ਨਾਲ ਆਪਣੇ ਵਪਾਰ ਉਧਾਰੀਕਰਨ ਦੇ ਵਿੱਚ ਸਥਾਈ ਸੋਧ ਕਰ ਲਵੇ ਰੋਪਾ ਰੋਮਾਨੀਆ ਦੇ ਵਿੱਚ ਸਿੱਧੇ ਕਿਸਾਨ ਜਿਹੜੇ ਨੇ ਜਿੱਥੇ ਜਿੱਥੇ ਕਿਸਾਨ ਅਤੇ ਢੋਆ ਢੋਾਈ ਵਾਲੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਬੀਮਾ ਦਰਾਂ ਅਤੇ ਯੂਰਪੀ ਯੂਨੀਅਨ ਦੇ ਉਪਾਵਾਂ ਦੇ ਨਾਲ-ਨਾਲ ਯੂਕਰੇਨ ਦੇ ਮੁਕਾਬਲੇ ਦਾ ਵਿਰੋਧ ਕਰ ਰਹੇ ਨੇ ਨਾ ਨਿਊਜ਼ ਆਊਟਲੈਟ ਕ੍ਰੋਨਿਕਾ ਨੇ ਇਸ ਮਹੀਨੇ ਕਈ ਇਹਾਇ ਕਿ ਯੂਰਪੀਅਨ ਯੂਨੀਅਨ ਵੱਲੋਂ ਸਸਤੇ ਯੂਕਰੇਨੀ ਸਮਾਨ ਨੂੰ ਆਪਣੇ ਇੱਥੇ ਵਿਕਣ ਦੇ ਲਈ ਆਉਣ ਦੇਣਾ ਇਵੇਂ ਸੀ ਜਿਵੇਂ ਕੋਈ ਤਰਾਕੀ ਤੋਂ ਅ ਜਿਹੜਾ ਜਾਨੀ ਕਿ ਤੇਰ ਤੈਰਨ ਵਾਲਾ ਜਿਹੜਾ ਅਣਜਾਣ ਬੰਦਾ ਤਰਾਕੀ ਤੋਂ ਅਣਜਾਣ ਬੰਦਾ ਕਿਸੇ ਡੁੱਬਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਹ ਦੋਵੇਂ ਡੁੱਬ ਗਏ ਪੋਲੈਂਡ ਦੇ ਵਿੱਚ ਕਿਸਾਨਾਂ ਨੇ 24 ਜਨਵਰੀ ਨੂੰ ਯੂਕਰੇਨੀ ਖੇਤੀ ਦਰਾਮਦਾਂ ਦੇ ਖਿਲਾਫ ਇੱਕ ਦੇਸ਼ ਦੇਸ਼ ਪਰ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਪੋਲਿਸ਼ ਕਿਸਾਨ ਜਿਹੜੇ ਸਨ ਟ੍ਰੇਡ ਯੂਨੀਅਨ ਦੇ ਬੁਲਾਰੇ ਐਡਰੀਅਨ ਵਾਬਰ ਜਿਨਿਯਕ ਨੇ ਪੋਲਿਸ਼ ਮੀਡੀਆ ਨੂੰ ਦੱਸਿਆ ਕਿ ਯੂਕਰੇਨੀ ਅਨਾਜ ਉੱਥੇ ਜਾਣਾ ਚਾਹੀਦਾ ਹੈ ਜਿੱਥੋਂ ਦਾ ਉਹ ਹੈ ਏਸ਼ੀਆਈ ਜਾਂ ਅਫਰੀਕੀ ਬਾਜ਼ਾਰ ਦੇ ਵਿੱਚ ਨਾ ਕਿ ਯੂਰਪ ਦੇ ਵਿੱਚ ਸਲੋ ਵਾਕਿਆ ਤੇ ਹੰਗਰੀ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਗੂੰਜ ਰਹੀਆਂ ਨੇ ਵੱਡੀਆਂ ਕਾਰਪੋਰੇਸ਼ਨਾਂ ਦੀ ਮਦਦ ਕਿਵੇਂ ਹੁੰਦੀ ਹੈ ਪੋਲਿਸ਼ ਕਿਸਾਨਾਂ ਨੇ ਇਸ ਹਫ਼ਤੇ ਦੇਸ਼ ਭਰ ਦੇ ਵਿੱਚ ਜਿਹੜਾ ਹੈ 160 ਤੋਂ ਵੱਧ ਸੜਕਾਂ ਨੂੰ ਜਾਮ ਰੱਖਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਹੈ ਰੋਮਾਨੀਆ ਦੇ ਵਿੱਚ ਕਿਸਾਨਾਂ ਨੇ ਵੀ ਯੂਰੋਪੀਅਨ ਕਿਸਾਨਾਂ ਵਾਲੇ ਬਹੁਤ ਸਾਰੇ ਮੁੱਦੇ ਮਹਿਸੂਸ ਕੀਤੇ ਨੇ ਯੂਰੋਪੀ ਸੰਸਦ ਨੂੰ ਇਸ ਹਫ਼ਤੇ ਇੱਕ ਹੋਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਵੱਡੀਆਂ ਕਾਰਪੋਰੇਸ਼ਨਾਂ ਦੀ ਮਦਦ ਦੱਖਣੀ ਯੂਰਪ ਹੁਣ ਤੱਕ ਵਿਰੋਧ ਪ੍ਰਦਰਸ਼ਨਾਂ ਦੇ ਪ੍ਰਭਾਵ ਤੋਂ ਬਚਿਆ ਪਰ ਹਾਲਾਤ ਤੇਜ਼ੀ ਦੇ ਨਾਲ ਬਦਲ ਸਕਦੇ ਨੇ ਯੂਰਪ ਦੀ ਪ੍ਰਮੁੱਖ ਕਿਸਾਨ ਯੂਨੀਅਨ ਜਿਹੜੀ ਹੈ ਦੀ ਕਮੇਟ ਆਫ ਪ੍ਰੋਫੈਸ਼ਨਲ ਐਗਰੀਕਲਚਰਲ ਆਰਗੇਨਾਈਜੇਸ਼ਨ ਕੋਪਾ ਦੇ ਪ੍ਰਧਾਨ ਨੇ ਕ੍ਰਿਸਟੀਅਨ ਲੈਬਰਟ ਨੇ ਜਿਹੜਾ ਪੇਸ਼ ਨਗੋਈ ਕੀਤੀ ਕਿ ਇਟਾਲੀ ਵੀ ਅਤੇ ਸਪੈਨਿਸ਼ ਜਿਹੜੇ ਨੇ ਕਿਸਾਨ ਜਲਦੀ ਹੀ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਇਟਲੀ ਵਾਲੇ ਵੀ ਤੇ ਨਾਲ ਦੇ ਨਾਲ ਜਿਹੜੇ ਨੇ ਸਪੇਨ ਵਾਲੇ ਵੀ ਉਹ ਵੀ ਹੁਣ ਇਹਨਾਂ ਦੇ ਵਿੱਚ ਪ੍ਰਦਰਸ਼ਨਾਂ 'ਚ ਆਉਣਗੇ ਉਹਨਾਂ ਉੱਪਰ ਯੂਕਰੇਨ ਜੰਗ ਦਾ ਅਸਰ ਨਹੀਂ ਪਿਆ ਪਰ ਜਲਵਾਯੂ ਤਬਦੀਲੀ ਦੀ ਮਾਰ ਮੂਰੇ ਉਹ ਕਮਜ਼ੋਰ ਨੇ ਇਸੇ ਦੇ ਦੌਰਾਨ ਸਪੇਨ ਅਤੇ ਪੁਰਤਗਾਲ ਦੀਆਂ ਸਰਕਾਰਾਂ ਭਿਆਨਕ ਸੋਕੇ ਦੇ ਕਾਰਨ ਕੁਝ ਖੇਤਰਾਂ ਦੇ ਵਿੱਚ ਪਾਣੀ ਦੀ ਵਰਤੋਂ ਦੇ ਵਿੱਚ ਹੰਗਾਮੀ ਪਾਬੰਦੀਆਂ ਲਾਉਣ ਬਾਰੇ ਵਿਚਾਰ ਕਰ ਰਹੀਆਂ ਨੇ ਇਸ ਹਫਤੇ ਸਿਸਲੀ ਇਟਲੀ ਦੇ ਵਿੱਚ ਸਿਸਲੀ ਦੇ ਵਿੱਚ ਕਿਸਾਨਾਂ ਨੇ ਖੇਤਰੀ ਸਰਕਾਰ ਦੇ ਵਿਰੋਧ ਦੇ ਵਿੱਚ ਸੜਕਾਂ ਨੂੰ ਰੋਕ ਦਿੱਤਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਪਿਛਲੀਆਂ ਗਰਮੀਆਂ ਦੀ ਲੰਬੀ ਤਿੱਖੀ ਗਰਮੀ ਦੀ ਲਹਿਰ ਤੇ ਸੋਕੇ ਦੇ ਲਈ ਮੁਆਵਜ਼ਾ ਦੇਣ ਦੇ ਵਿੱਚ ਅਸਫਲ ਰਹੀ ਹੈ ਜਿਵੇਂ ਪੰਜਾਬ ਸਰਕਾਰ ਦੀ ਗੱਲ ਆਉਂਦੀ ਹੈ ਉਹਨਾਂ ਨੇ ਯੂਰਪੀਅਨ ਯੂਨੀਅਨ ਉੱਤੇ ਵੱਡੀਆਂ ਕਾਰਪੋਰੇਸ਼ਨਾਂ ਦੀ ਮਦਦ ਕਰਨ ਦਾ ਵੀ ਇਲਜ਼ਾਮ ਲਾ ਦਿੱਤਾ ਹੁਣ ਜਿਵੇਂ ਜੂਨ ਦੇ ਵਿੱਚ ਯੂਰਪੀ ਚੋਣਾ ਆ ਰਹੀਆਂ ਨੇ ਤਾਂ ਇਸ ਦੇ ਨਾਲ ਜਿਹੜਾ ਹੈ ਯੂਰੋ ਸਪੈਟਿਕ ਉਹ ਲੋਕ ਜੋ ਯੂਰਪੀਅਨ ਯੂਨੀਅਨ ਦੇ ਵੱਧ ਦੇ ਪ੍ਰਭਾਵ ਦੇ ਵਿਰੋਧੀ ਨੇ ਧਿਰਾਂ ਨੂੰ ਵੀ ਆਵਾਜ਼ ਮਿਲ ਰਹੀ ਹੈ ਕਿਸਾਨੀ ਜਿਹੜੇ ਨੇ ਕਿਸਾਨ ਜਿਹੜੇ ਨੇ ਕੱਟਣ ਪੰਥੀ ਨਹੀਂ ਨੇ ਫਰਾਂਸ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਗੈਬਰੀਅਲ ਅਟਲ 26 ਜਨਵਰੀ ਨੂੰ ਦੱਖਣ ਪਛਮੀ ਫਰਾਂਸ ਦੇ ਮੋਟਾਸਟ੍ਰਕ ਡੀ ਸ਼ੈਲਿਸ ਦੇ ਵਿੱਚ ਇੱਕ ਫਾਰਮ ਦਾ ਦੌਰਾ ਵੀ ਕੀਤਾ ਤੇ ਉਹਨਾਂ ਨੇ ਹੌਸਲਾ ਵੀ ਦਿੱਤਾ ਪਰ ਉਹ ਜਿਹੜਾ ਅਸਰ ਨਾ ਤਾਂ ਨਹੀਂ ਆਇਆ ਫਰਾਂਸ ਦੀ ਨੈਸ਼ਨਲ ਰੈਲੀ ਜਿਹੜੀ ਹੈ ਫਰਾਂਸ ਦੀ ਨੈਸ਼ਨਲ ਰੈਲੀ ਪਾਰਟੀ ਹੈ ਦੇ ਆਗੂ ਨੇ ਜਾਰਡਨ ਬਾਰਡੇਲਾ ਨੂੰ ਪ੍ਰਦਰਸ਼ਨਕਾਰੀਆਂ ਵਿਚਕਾਰ ਦੇਖਿਆ ਜਾ ਸਕਦਾ ਹੈ ਤਸਵੀਰਾਂ ਰਾਹੀਂ ਇਸ ਤੋਂ ਇਲਾਵਾ ਜਰਮਨੀ ਦੇ ਵਿੱਚ ਸੱਜੇ ਪੱਖੀ ਅਲਟਰਨੇਟਿਵ ਫਾਰ ਜਰਮਨੀ ਐਫ ਡੀ ਨੇ ਵੀ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਵਰਨੇਟ ਨੇ ਇਹਨਾਂ ਕੋਸ਼ਿਸ਼ਾਂ ਦਾ ਮੂੰਹ ਤੋੜ ਦਿੱਤਾ ਕਿਸਾਨ ਕੱਟੜਪੰਥੀ ਨਹੀਂ ਨੇ ਅਸਲ ਦੇ ਵਿੱਚ ਯੂਰਪ ਦੇ ਵਿੱਚ ਕਿਸਾਨ ਪਹਿਲਾ ਯੂਰੋਪੀਅਨ ਨੇ ਕਿਉਂਕਿ ਉਹ ਸਾਬਤ ਤੋਂ ਚੰਗੀ ਤਰ੍ਹਾਂ ਜਾਣਦੇ ਨੇ ਕਿ ਯੂਰਪ ਉਹਨਾਂ ਦੇ ਲਈ ਕਿੰਨਾ ਮਹੱਤਵ ਹੈ ਖਿੱਤਾ ਯੂਰਪ ਦੇ ਵਿੱਚ ਚੋਣਾ ਨੇੜੇ ਹੋਣ ਦੇ ਨਾਲ ਫਰਾਂਸ ਦੇ ਨਵੇਂ ਪ੍ਰਧਾਨ ਮੰਤਰੀ ਮੰਤਰੀ ਜਿਹੜੇ ਨੇ ਗੈਬਰੀਅਲ ਅਟਲ ਆਪਣੇ ਕਾਰਜਕਾਲ ਦੇ ਪਹਿਲੇ ਸਿਆਸੀ ਸੰਕਟ ਨੂੰ ਖਤਮ ਕਰਨ ਦੇ ਲਈ ਉਤਾਵਲੇ ਨੇ ਜਰਮਨੀ ਦੇ ਵਿੱਚ ਮੰਤਰੀਆਂ ਨੇ ਖੇਤੀਬਾੜੀ ਡੀਜ਼ਲ ਉੱਤੇ ਕਿਸਾਨਾਂ ਦੀ ਟੈਕਸ ਛੂਟ ਨੂੰ ਖਤਮ ਕਰਨ ਦੀਆਂ ਤਜਵੀਜ਼ਾਂ ਰੱਦ ਕਰਨ ਦੇ ਲਈ ਰੋਲਾ ਪਾਇਆ ਹੋਇਆ ਹੈ ਖੇਤੀਬਾੜੀ ਦੇ ਲਈ ਵਰਤੇ ਜਾਂਦੇ ਡੀਜ਼ਲ ਉੱਤੇ ਸਬਸਿਡੀ ਖਤਮ ਕੀਤੇ ਜਾਣ ਤੋਂ ਵੀ ਜਰਮਨ ਕਿਸਾਨ ਪੜਕੇ ਹੋਏ ਸਨ ਨੀਤੀਆਂ ਦੇ ਵਿੱਚ ਤਬਦੀਲੀ ਹੁਣ اٹਲ ਹੈ ਤੇ ਇਹ ਪੜਾਵਾ ਰੂਪ ਦੇ ਵਿੱਚ ਹੋਏਗੀ ਪਰ ਕਿਸਾਨ ਚਾਹੁੰਦੇ ਨੇ ਕਿ ਸਬਸਿਡੀ ਦੇ ਵਿੱਚ ਕਟੌਤੀ ਬਿਲਕੁਲ ਨਾ ਕੀਤੀ ਜਾਵੇ ਜਰਮਨ ਫਾਰਮਰਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਵਾਚਿਮ ਰੁਕ ਵਿਡ ਨੇ ਕਿਹਾ ਕਿ ਹੁਣ ਤੱਕ ਜੋ ਵੀ ਐਲਾਨ ਕੀਤਾ ਗਿਆ ਉਸ ਨੇ ਕਿਸਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਬਜਾਏ ਹੋਰ ਵਧਾ ਦਿੱਤਾ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਉਤਪਾਦਾਂ ਦੇ ਆਵਾਜਾਈ ਅਤੇ ਨਿਰਯਾਤ ਨੂੰ ਨਿਯਮਤ ਕਰਨ ਦੇ ਲਈ ਇੱਕ ਸੌਦੇ ਦੇ ਉੱਤੇ ਸੰਬੰਧਤ ਵਿੱਚ ਮਾਰਚ ਦੇ ਸ਼ੁਰੂ ਦੇ ਵਿੱਚ ਯੂਕਰੇਨੀ ਪ੍ਰਤੀਨਿਧੀਆਂ ਦੇ ਨਾਲ ਮੁਲਾਕਾਤ ਕਰਨੀ ਹੈ ਜਾਪਦਾ ਹੈ ਕਿ ਯੂਰਪੀ ਯੂਨੀਅਨ ਪਹਿਲਾਂ ਹੀ ਇਸ ਦਾ ਸੰਗਿਆਨ ਲੈ ਚੁੱਕੀ ਹੈ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਰਸੁਲਾ ਵਾਨ ਡੇਰ ਲੈਣੇ ਮੰਨਿਆ ਕਿ ਇੱਥੇ ਵੰਡ ਅਤੇ ਧ੍ਰੋਵੀਕਰਨ ਵੱਧ ਰਿਹਾ ਹੈ ਕਮਿਸ਼ਨ ਨੇ ਖੇਤੀਬਾੜੀ ਸਮੂਹਾਂ ਤੇ ਯੂਰਪੀ ਯੂਨੀਅਨ ਦੇ ਨਿਰਨੇਕਾਰਾਂ ਦੇ ਵਿਚਕਾਰ ਗੱਲਬਾਤ ਸ਼ੁਰੂ ਕਰਵਾਈ ਹੈ ਭਾਸ਼ਾ ਸਵੈ ਪ੍ਰਤੀਬੰਬਿਤ ਦੱਸੀ ਗਈ ਹੈ ਪਰ ਅਪਾ ਅਸਪਸ਼ਟਤਾ ਵੀ ਹੈ ਦੱਸੀ ਗਈ ਵਿੱਚ ਹਾਲਾਂਕਿ ਜੋ ਕੁਝ ਕੀਤਾ ਜਾ ਰਿਹਾ ਲੱਗਦਾ ਨਹੀਂ ਕਿ ਉਸ ਦੇ ਨਾਲ ਯੂਰਪ ਭਰ ਦੇ ਕਿਸਾਨ ਜੋ ਖੁਦ ਨੂੰ ਭੁਲਾ ਦਿੱਤੇ ਗਏ ਧੋਖੇ ਦਾ ਸ਼ਿਕਾਰ ਜਾਂ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਤੋਂ ਅਸਮਰਥ ਮਹਿਸੂਸ ਕਰ ਰਹੇ ਨੇ ਕੁਝ ਬਿਹਤਰ ਮਹਿਸੂਸ ਕਰਨਗੇ ਜੀ ਦੋਸਤੋ ਇਹ ਹੈ ਜੀ ਯੂਰਪ ਦੇ ਕਿਸਾਨਾਂ ਦੇ ਹਾਲਾਤ ਵੀ ਇਹ ਰਿਪੋਰਟ ਜਿਹੜੀ ਸੀ ਬੀਬੀਸੀ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਯੂਰਪ ਦੇ ਕਿਸਾਨ ਆਪਣਾ ਰੋਲ ਲੈ ਕੇ ਸੜਕਾਂ ਉੱਤੇ ਨਿਕਲਣ ਨੂੰ ਕਿਉਂ ਮਜਬੂਰ ਹੋਏ ਨੇ